ਸਰ ਜਿਹੜੀਆਂ ਖੇਡਾਂ ਸ਼ੁਰੂ ਹੋਣ ਜਾ ਰਹੀਆਂ ਉਹਨਾਂ ਬਾਰੇ ਦੱਸੋ। ਇਹ ਜਦੋਂ ਦੀ ਮਾਨ ਸਰਕਾਰ ਆਈ ਆ ਤੁਸੀਂ ਦੇਖਿਆ ਹੋਣਾ ਕਿ ਤੀਸਰਾ ਸੈਸ਼ਨ ਹੁਣ ਜਿਹੜਾ ਇਹ ਖੇਡਾਂ ਦਾ ਚੱਲ ਰਿਹਾ ਸ਼ੁਰੂ ਹੋਣਾ, ਔਰ ਇਹਦਾ ਇੱਕੋ ਹੀ ਇੱਕ ਮਕਸਦ ਆ ਕਿ ਪੰਜਾਬ ਦੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕੀਤਾ ਜਾਏ। ਇਹਦੇ ਵਿੱਚ 15 ਸਾਲ ਤੋਂ ਲੈ ਕੇ 60 ਸਾਲ ਤੱਕ, 50 ਸਾਲ ਤੱਕ ਜਿਹੜੇ ਆ ਉਹ ਆਪਣੀਆਂ ਆਪਣੀਆਂ ਟੀਮਾਂ ਦੇ ਵਿੱਚ ਪਲੇਅਰ ਖੇਡ ਸਕਦੇ ਆ। ਇਹ ਬਲੋਕ ਲੈਵਲ ਦੀਆਂ ਹੁੰਦੀਆਂ, ਡਿਸਟ੍ਰਿਕਟ ਲੈਵਲ ਤੁਸੀਂ ਉੱਪਰ ਜਾਣੀਆਂ, ਇਹ ਸਟੇਟ ਚੈਂਪੀਅਨਸ਼ਿਪ ਹੋਣੀ ਹੈ, ਔਰ ਅਲੱਗ ਅਲੱਗ ਥਾਵਾਂ ਦੇ ਵਿੱਚ ਇਹ ਗੇਮਾਂ ਜਿਹੜੀਆਂ ਹੋਈਆਂ ਆ। ਔਰ ਇਹਨਾਂ ਗੇਮਾਂ ਦਾ ਇੱਕ ਬਹੁਤ ਹੀ ਵੱਡਾ ਫਾਇਦਾ ਇਹ ਆ ਕਿ ਇੱਕ ਤਾਂ ਜਿਹੜਾ ਪੰਜਾਬ ਦੇ ਵਿੱਚ ਸਪੋਰਟਸ ਦਾ ਮਾਹੌਲ ਜਿਹੜਾ ਉਹ ਬਣ ਜਾਂਦਾ, ਬੱਚਿਆਂ ਦੇ ਵਿੱਚ ਖੇਡਾਂ ਦਾ ਉਤਸ਼ਾਹ ਪੈਦਾ ਹੁੰਦਾ, ਔਰ ਨਾਲ ਦੀ ਨਾਲ ਜਿਹੜੇ ਬੱਚੇ ਇਹਨਾਂ ਗੇਮਾਂ ਦੇ ਵਿੱਚ ਕੋਈ ਪੁਜੀਸ਼ਨ ਲੈਂਦੇ ਆ, ਗੋਲਡ ਮੈਡਲ, ਸਿਲਵਰ ਮੈਡਲ ਜਾਂ ਬਰਾਉਂਜ਼ ਮੈਡਲ, ਉਹਨਾਂ ਨੂੰ ਕੈਸ਼ ਪ੍ਰਾਈਜ਼ ਦਿੱਤੇ ਜਾਂਦੇ ਆ, ਔਰ ਉਹ ਕੈਸ਼ ਪ੍ਰਾਈਜ਼ ਉਹਨਾਂ ਨੂੰ ਆਪਣੀ ਡਾਈਟ ਖਾਣ ਲਈ ਦਿੱਤੇ ਜਾਂਦੇ ਆ, ਤਾਂ ਕਿ ਆਉਣ ਵਾਲੇ ਜਿਹੜਾ ਨੈਕਸਟ ਈਅਰ ਆ ਉਹਦੇ ਲਈ ਫਿਰ ਉਹ ਪ੍ਰਵੇਅਰ ਹੋ ਕੇ ਆਉਣ ਅਤੇ ਅਗਲੇ ਸਾਲ ਜਿਹੜਾ ਉਹ ਉੱਥੋਂ ਮੈਡਲ ਹੋਰ ਜਿੱਤ ਕੇ ਜਾਣ। ਸੋ ਮੈਂ ਪੰਜਾਬ ਸਰਕਾਰ ਦਾ, ਮਾਨ ਸਰਕਾਰ ਦਾ ਇਹ ਬਹੁਤ ਹੀ ਵੱਡਾ ਉਪਰਾਲਾ ਸਮਝਦਾ ਕਿ ਇਹ ਖੇਡਾਂ ਕਰਵਾ ਕੇ ਇੱਕ ਤਾਂ ਬੱਚੇ ਜਿਹੜੇ ਆ ਉਹ ਨਸ਼ਿਆਂ ਤੋਂ ਦੂਰ ਜਾਂਦੇ ਆ, ਦੂਜੇ ਉਹ ਸਪੋਰਟਸ ਦੇ ਵਿੱਚ ਅਲੱਗ ਅਲੱਗ ਗੇਮਾਂ ਜਿੰਨੀਆਂ ਵੀ ਉਹਨਾਂ ਜਿਹੜੀ ਵੀ ਗੇਮ ਖੇਡਦੇ ਉਹਦੇ ਵਿੱਚ ਜਾਂਦੇ ਆ, ਔਰ ਉਹਨਾਂ ਦੇ ਨਾਲ ਜਿਹੜਾ ਬੱਚਿਆਂ ਨੂੰ ਇੱਕ ਬਹੁਤ ਵੱਡਾ ਕੰਪੀਟੀਸ਼ਨ ਮਿਲਦਾ, ਔਰ ਉਹ ਸਪੋਰਟਸ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਅੱਗੇ ਹੋਰ ਜਾ ਸਕਦੇ। ਜੀ ਸਰ, ਸਰ ਅੱਜ ਖੇਡਾਂ ਪੱਧਰ ਪੰਜਾਬ ਦੀ ਸ਼ੁਰੂ ਹੋਣ ਜਾ ਰਹੀਆਂ ਨੇ, ਉਹਦਾ ਆਗਾਜ਼ ਜਿਹੜਾ ਹੋਇਆ ਅੱਜ ਮਾਰਚ ਵੀ ਆਈ, ਕੀ ਕਹਿਣਾ ਚਾਹੁੰਦੇ ਹੋ? ਬੜੇ ਮਾਣ ਵਾਲੀ ਗੱਲ ਆ ਕਿ ਅੱਜ ਮਾਰਚ ਜੋ ਆ ਮਸ਼ਾਲ ਜਲੰਧਰ ਦੇ ਵਿੱਚ ਆਈ ਹੈ। ਅਸੀਂ ਧੰਨਵਾਦ ਕਰਦੇ ਹਾਂ ਸੀਐਮ ਭਗਵੰਤ ਸਿੰਘ ਮਾਨ ਦਾ, ਜਿਨ੍ਹਾਂ ਨੇ ਇਹ ਉਪਰਾਲਾ ਕੀਤਾ। ਅੱਜ ਤੀਜਾ ਸਾਲ ਦੇ ਵਿੱਚ ਚਲੇ ਗਈਆਂ ਖੇਡਾਂ ਪੱਧਰ ਪੰਜਾਬ ਦੀਆਂ, ਔਰ ਇਹ ਜੋ ਸੁਪਨਾ ਸੀਗਾ ਇੱਕ ਮਾਨ ਸਾਹਿਬ ਦਾ ਕਿ ਖਿਡਾਰੀ ਗਰਾਊਂਡ ਦੇ ਵਿੱਚ ਚੰਗੇ ਲੱਗਦੇ ਆ, ਅਸੀਂ ਜਲੰਧਰ ਆਉਣ ਤੇ ਮਸ਼ਾਲ ਦਾ ਸਵਾਗਤ ਕਰਦੇ ਹਾਂ। ਕਿਸ ਤਰ੍ਹਾਂ ਦਾ ਉਤਸ਼ਾਹ ਬੱਚਿਆਂ ਦੇ ਵਿੱਚ ਦੇਖਣ? ਦੇਖੋ ਤੁਸੀਂ ਆਪ ਦੇਖਿਆ ਜੀ ਕਿੰਨੇ ਬੱਚੇ ਇਕੱਠੇ ਹੋਏ, ਮਸ਼ਾਲ ਲੈ ਕੇ ਪਿੱਛੋਂ ਵੀ ਆਏ ਆ, ਔਰ ਬੱਚੇ ਵੇਟ ਕਰਦੇ ਆ ਕਿ ਜਲਦੀ ਤੋਂ ਜਲਦੀ ਇਹ ਖੇਡਾਂ ਹੋਣ। ਮੈਨੂੰ ਬੜੇ ਫੋਨ ਆਉਂਦੇ ਸੀ ਸਰ ਕਦੋਂ ਸਟਾਰਟ ਹੋਣੀਆਂ, ਤਾਂ ਬੜਾ ਅੱਛਾ ਲੱਗ ਰਿਹਾ ਕਿ ਸਾਡੀ ਜੋ ਸਰਕਾਰ ਆ ਖੇਡਾਂ ਦੇ ਪ੍ਰਤੀ ਬਹੁਤ ਅੱਛਾ ਕੰਮ ਕਰ ਰਹੀ ਆ, ਔਰ ਅਸੀਂ ਥੈਂਕ ਯੂ ਕਰਦੇ ਹਾਂ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਉਪਰਾਲਾ ਕੀਤਾ। ਅਸੀਂ ਸਰ ਜੇ ਗੱਲ ਕਰੀਏ, ਪਰ ਜੇ ਇਸੇ ਤਰ੍ਹਾਂ ਦੀਆਂ ਖੇਡਾਂ ਹੋਣਗੀਆਂ, ਲੱਗਦਾ ਨਹੀਂ ਕਿ ਜਿਹੜੇ ਬੱਚੇ ਜਿਹੜੇ ਆ ਨਸ਼ੇ ਵੱਲ ਦੀ ਜਾਣ ਦੀ ਬਜਾਏ ਖੇਡਾਂ ਵੱਲ ਵੱਧ ਨੂੰ ਜਾਣਗੇ? ਦੇਖੋ ਤੁਸੀਂ ਕਿੰਨੇ ਮਾਣ ਵਾਲੀ ਗੱਲ ਆ ਕਿ ਹਾਕੀ ਨੇ, ਇੰਡੀਆ ਦੀ ਹਾਕੀ ਟੀਮ ਨੇ 2 ਵਾਰੀ ਓਲੰਪਿਕ ਦਾ ਬਰਾਊਨ ਜਿੱਤਿਆ, ਔਰ ਮੈਕਸਿਮਮ ਪਲੇਅਰ ਪੰਜਾਬ ਤੋਂ ਆ, ਬੜਾ ਮਾਣ ਵਾਲੀ ਗੱਲ ਹੁੰਦੀ ਆ। ਅਸੀਂ ਅਗਲੇ ਓਲੰਪਿਕ ਲਈ ਪਲੇਅਰ ਤਿਆਰ ਕਰ ਰਹੇ ਹਾਂ, ਔਰ ਨਸ਼ਿਆਂ ਤੋਂ ਪਲੇਅਰ ਤਾਂ ਹੀ ਦੂਰ ਜਾਣਗੇ ਜੇ ਉਹ ਸ਼ਾਮ ਨੂੰ ਗਰਾਊਂਡ ਦੇ ਵਿੱਚ ਹੋਣਗੇ, ਔਰ ਅਸੀਂ ਬਹੁਤ ਅੱਛਾ ਕੰਮ ਕਰ ਰਹੇ ਪੰਜਾਬ ਸਰਕਾਰ, ਔਰ ਮਾਣ ਵਾ ਸਾਨੂੰ ਭਗਵੰਤ ਸਿੰਘ ਮਾਨ ਜੀ 'ਤੇ ਜਿਨ੍ਹਾਂ ਨੇ ਕਿ ਇਹ ਉਪਰਾਲਾ ਕੀਤਾ ਆ, ਔਰ ਆਉਣ ਵਾਲੇ ਸਮੇਂ 'ਚ ਤੁਸੀਂ ਇਹਨਾਂ ਦੇ ਰਿਜ਼ਲਟ ਵੀ ਦੇਖੋਗੇ, ਲੋਕ ਨਸ਼ਿਆਂ ਤੋਂ ਦੂਰ ਬੱਚੇ ਹੋ ਕੇ ਖੇਡਾਂ ਵੱਲ ਨੂੰ ਆਉਣਗੇ।